ਲੜਕੇ ਦੀਆਂ ਖਬਰਾਂ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਵੱਖ-ਵੱਖ ਖਬਰਾਂ ਦੇ ਹਵਾਲੇ ਨਾਲ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਭਰ ਦੇ ਵਿੱਚ ਦੇਸ਼ ਭਰਤੇ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੁਝ ਅਹਿਮ ਖਬਰਾਂ ਨੇ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ ਸਭ ਤੋਂ ਪਹਿਲਾ ਖਬਰ ਜੁੜੀ ਹੈ ਪੰਜਾਬ ਦੀ ਕੈਬਨਿਟ ਨਾਲ ਅੱਜ ਕੈਬਨਿਟ ਮੰਤਰੀ ਜਿਹੜੇ ਨਵੇਂ ਸੌ ਚੁੱਕਣਗੇ ਔਰ ਚਾਰ ਮੰਤਰੀ ਅਸਤੀਫਾ ਦੇ ਚੁੱਕੇ ਨੇ ਉਹ ਅੱਜ ਅਸਤੀਫਾ ਵੀ ਪ੍ਰਮਾਣ ਹੋ ਜਾਣਾ ਹੈ ਔਰ ਇਹ ਚੌਥੀ ਵਾਰ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਇਸ ਦੇ ਵਿੱਚ ਕਿਹੜੇ ਨਵੇਂ ਚਿਹਰੇ ਨੇ ਪੰਜ ਜਿਹੜੇ ਮੰਤਰੀ ਦੀ ਸੌਹ ਚੁੱਕਣਗੇ ਔਰ ਚਾਰ ਜਿਹੜੇ ਚਿਹਰੇ ਬਾਹਰ ਜਾ ਰਹੇ ਨੇ ਉਸ ਦੇ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੰਨੇ ਆ ਪੰਜਾਬ ਯਾਰਤ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਚਿਹਰਿਆਂ ਦੇ ਵਿੱਚ ਜਿਹੜੇ ਚਿਹਰੇ ਹੋਣਗੇ ਉਸ ਦੇ ਬਾਰੇ ਵੀ ਦੱਸਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਦੇ ਵਿੱਚ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾਣੇ ਨੇ ਅੱਜ ਜਿਹੜੇ ਕੀ ਸੌ ਚੁੱਕਣਗੇ ਜਦ ਕਿ ਪਹਿਲਾਂ ਤੋਂ ਪ੍ਰਾਣੇ ਮੰਤਰੀ ਸਭ ਤੋਂ ਪਹਿਲਾਂ ਚੇਤਨ ਸਿੰਘ ਜਾੜਾ ਮਾਜਰਾ ਜਿਨ੍ਹਾਂ ਦੇ ਕੋਲ ਪੰਜ ਤੋਂ 6 ਅਹਿਮ ਮਹਿਕਮੇ ਸਨ ਉਹ ਹੁਣ ਅਸਤੀਫਾ ਦੇ ਚੁੱਕੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਮੰਤਰੀ ਅਨਮੋਲ ਗਗਨ ਮਾਨ ਵੀ ਉਹਨਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਕੀ ਬਾਹਰ ਜਾਣਗੇ ਇਸੇ ਤਰ੍ਹਾਂ ਚਾਰ ਵਜ਼ੀਰਾਂ ਦੀ ਜਿਹੜੀ ਆ ਉਹ ਛੁੱਟੀ ਹੋ ਗਈ ਹੈ ਤੈ ਹੋ ਗਈ ਹੈ ਜਿਸ ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਵੀ ਸ਼ਾਮਲ ਨੇ ਔਰ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਇਹਨਾਂ ਮੰਤਰੀਆਂ ਦੇ ਵਿੱਚੋਂ ਤਾਂ ਇਹਨਾਂ ਮੰਤਰੀਆਂ ਦੇ ਵਿੱਚੋਂ ਜਿਹੜਾ ਬਾਹਰ ਦਾ ਰਸਤਾ ਦਿਖਾਇਆ ਗਿਆ ਉਹ ਮੰਤਰੀ ਬਲਕਾਰ ਸਿੰਘ ਵੀ ਨੇ ਔਰ ਇਹ ਚਾਰ ਮੰਤਰੀਆਂ ਦੀ ਛੁੱਟੀ ਹੋ ਰਹੀ ਹੈ ਤੇ ਪੰਜ ਜਿਹੜੇ ਨਵੇਂ ਚਿਹਰੇ ਆ ਉਹ ਸੌ ਚੁੱਕਣ ਜਾ ਰਹੇ ਨੇ ਉਹਨਾਂ ਨੇ ਹਲਫ਼ ਲੈਣਾ ਹੈ ਰਾਜਪਾਲ ਭਵਨ ਤੱਕ ਸਮਾਂ ਮੰਗ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਤੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਜਦੋਂ ਦੇ ਬਣੇ ਨੇ ਤੇ ਪਹਿਲੀ ਵਾਰ ਹੋਵੇਗਾ ਸਵਾਗਤ ਜਦੋਂ ਪੰਜ ਨਵੇਂ ਮੰਤਰੀ ਉਹਨਾਂ ਦੀ ਅਗਵਾਈ ਦੇ ਵਿੱਚ ਸੌ ਚੁੱਕ ਰਹੇ ਹੋਣਗੇ ਦਾ ਫੇਰ ਬਦਲ ਦਾ ਜਿਹੜਾ ਐਲਾਨ ਹੈ ਪਹਿਲਾਂ ਤੋਂ ਹੀ ਚਰਚਾਵਾਂ ਚੱਲ ਰਹੀਆਂ ਸਨ ਕਿ ਜਲਦੀ ਹੋ ਸਕਦਾ ਪਰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਦੌਰਾਨ ਔਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ 'ਚ ਬੰਦ ਹੋਣ ਕਰਕੇ ਇਹ ਫੇਰ ਬਦਲ ਕਾਫੀ ਲੰਮੇ ਸਮੇਂ ਤੋਂ ਫੈਸਲਾ ਲਟਕਦਾ ਰਿਹਾ ਸੀ ਸੰਭਾਵਨਾਵਾਂ ਬਹੁਤ ਸਮੇਂ ਤੋਂ ਸਨ ਪਰ ਹੁਣ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਹੁਣ ਇਸ ਮਸਲੇ ਦੇ ਵਿੱਚ ਲੋਕ ਸਭਾ ਚੋਣਾਂ ਮਗਰੋਂ ਕੈਬਨਿਟ ਵਿੱਚ ਫੇਰ ਬਦਲ ਹੋਣ ਦੇ ਜਿਹੜੇ ਚਰਚੇ ਸਨ ਉਹ ਜਿਹੜੇ ਨੇ ਇੱਕਦਮ ਪੂਰੇ ਜਿਹੜੇ ਖਰੇ ਉਤਰ ਦੇ ਦਿਖਾਈ ਦੇ ਰਹੇ ਨੇ ਆਪਨੇ ਮਾੜੀ ਕਾਰਗੁਜ਼ਾਰੀ ਦੇ ਆਧਾਰ ਤੇ ਚਾਰ ਮੰਤਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਤੇ ਆਪ ਸਰਕਾਰ ਦੇ 2.5 ਸਾਲ ਤੋਂ ਵੱਧ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਚੌਥਾ ਵੱਡਾ ਫੇਰ ਬਦਲਾ ਕੈਬਨਿਟ ਦਾ ਨਵੇਂ ਚਿਹਰਿਆਂ ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਨਾਮ ਚਰਚਾ ਬਚਾਉਂਦਾ ਉਹ ਲਹਿਰਾਗਾਗਾ ਹਲਕਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੂੰ ਸ਼ਾਮਲ ਕੀਤਾ ਗਿਆ ਇਸੇ ਤਰ੍ਹਾਂ ਸ਼ਾਮ 84 ਤੋਂ ਵਿਧਾਇਕ ਨੇ ਜਿਹੜੇ ਹਿਸ਼ਾਰਪੁਰ ਜ਼ਿਲ੍ਹੇ ਦੇ ਅੰਦਰ ਹਲਕਾ ਪੈਂਦਾ ਡਾਕਟਰ ਰਵਜੂਤ ਸਿੰਘ ਔਰ ਖੰਨਾ ਤੋਂ ਵਿਧਾਇਕ ਨੇ ਕਰਨਪ੍ਰੀਤ ਸਿੰਘ ਸੋਹੰਦ ਜਲੰਧਰ ਪਛਮੀ ਤੋਂ ਮਹਿੰਦਰ ਭਗਤ ਜਿਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਦੇ ਵਿੱਚ ਹੀ ਜ਼ਿਮਨੀ ਚੋਣ ਚੀਵਾਦਾ ਕਰ ਦਿੱਤਾ ਸੀ ਕਿ ਉਹਨਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇਗਾ। ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਕੈਬਨਿਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਕੈਬਨਿਟ ਵਿੱਚੋਂ ਜਿਨ੍ਹਾਂ ਮੰਤਰੀਆਂ ਦੀ ਛਾਂਟੀ ਹੋਣੀ ਹੈ ਉਹਨਾਂ ਦੇ ਵਿੱਚੋਂ ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਅਨਮੋਲ ਗਗਨਮਾਨ ਬ੍ਰਹਮਸ਼ੰਕਰ ਜੇਂਪਾ ਤੇ ਬਲਕਾਰ ਸਿੰਘ ਇਹਨਾਂ ਦੀ ਜਿਹੜੀ ਛੁੱਟੀ ਕਰ ਦਿੱਤੀ ਗਈ ਹੈ। अरविंद केजरीवाल ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਸੀ ਜਿਹੜੀ ਐ ਸਲਾਹ مشورے ਦੇ ਆਧਾਰ ਦੇ ਉੱਤੇ ਫੈਸਲਾ ਲਿਆ ਗਿਆ ਦੱਸਿਆ ਜਾ ਰਿਹਾ ਤਾਂ ਹੁਣ ਜਿਹੜੇ ਚਾਰ ਮੰਤਰੀਆਂ ਦੀ ਛੁੱਟੀ ਹੋਈ ਆ ਉਹਨਾਂ ਦੇ ਥਾਂ ਤੇ ਪੰਜ ਨਵੇਂ ਚਿਹਰੇ ਆ ਜਿਹੜੇ ਕੈਬਨਿਟ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿੱਥੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਰਿਹਾ ਉੱਥੇ ਵੀ ਇੱਕ ਚਰਚਾ ਨਾਲੇ ਵੀ ਬਣੀ ਹੋਈ ਹੈ ਕਿ ਕੀ ਦੋ ਉਪ ਮੁੱਖ ਮੰਤਰੀ ਵੀ ਬਣਾਏ ਜਾ ਸਕਦੇ ਨੇ ਇਹ ਚੰਦਰ ਸਿੰਘ ਚੰਨੀ ਦੀ ਸਰਕਾਰ ਸੀ ਜਦੋਂ 111 ਦਿਨਾਂ ਦੀ ਉਸ ਦੇ ਵਿੱਚ ਇਹ ਫੈਸਲਾ ਪਹਿਲੀ ਵਾਰੀ ਦੇਖਿਆ ਗਿਆ ਸੀ ਹਾਲਾਂਕਿ ਇੱਥੇ ਇਹ ਵੀ ਜਾਣਕਾਰੀ ਦੇਣੀ ਬਣਦੀ ਹੈ ਕਿ ਸੰਵਿਧਾਨਕ ਤੌਰ ਦੇ ਉੱਤੇ ਉਪ ਮੁੱਖ ਮੰਤਰੀ ਦਾ ਕੋਈ ਵੀ ਅਹੁਦਾ ਨਹੀਂ ਹੈ ਪਰ ਫਿਰ ਵੀ ਆਪਣੇ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਆ ਜਾਂ ਅਗਲੇਰੀ ਜਿਹੜੀ ਆ ਵਰਗਾਂ ਨੂੰ ਹੋਰ ਵੱਖ-ਵੱਖ ਵਰਗਾਂ ਨੂੰ ਖੁਸ਼ ਕਰਨ ਦੇ ਲਈ ਅਜਿਹੇ ਫੈਸਲੇ ਆਮ ਤੌਰ ਦੇ ਉੱਤੇ ਲਏ ਜਾਂਦੇ ਨੇ ਕਾਂਗਰਸ ਨੇ ਇਸ ਦੀ ਦੋ ਉਪ ਮੁੱਖ ਮੰਤਰੀ ਬਣਾ ਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਪਿਰਤ ਪਾਈ ਸੀ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਤੇ ਇਸ ਸਰਕਾਰ ਦੇ ਵਿੱਚ ਵੀ ਚਰਚਾ ਇਹ ਆਮ ਤੌਰ ਤੇ ਚੱਲ ਰਹੀ ਹੈ ਹਾਲਾਂਕਿ ਫਿਲਹਾਲ ਦੀ ਘੜੀ ਸ਼ਾਮ ਨੂੰ ਜਿਹੜੀ ਸੌਂ ਚੁੱਕੀ ਜਾਣੀ ਹੈ ਉਸ ਦੇ ਵਿੱਚ ਮੰਤਰੀਆਂ ਦੇ ਚਿਹਰਿਆਂ ਦਾ ਹੀ ਜ਼ਿਕਰ ਹੋ ਰਿਹਾ ਪਰ ਇੱਕ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਵੀ ਚੱਲ ਰਹੀ ਹੈ ਕਿ ਕੀ ਦੋ ਉਪ ਮੁੱਖ ਮੰਤਰੀ ਵੀ ਬਣਾਏ ਜਾ ਸਕਦੇ ਨੇ ਔਰ ਜੇਕਰ ਬਣਾਏ ਜਾ ਸਕਦੇ ਨੇ ਫਿਰ ਉਸ ਦੇ ਵਿੱਚੋਂ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ ਸੀ ਤੇ ਕਿਹਾ ਗਿਆ ਸੀ ਕਿ ਅਨੁਸੂਚੀ ਜਾਤੀ ਦੇ ਵਿੱਚ ਉਪ ਮੁੱਖ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਤਾਂ ਉਪ ਮੁੱਖ ਮੰਤਰੀ ਦੇ ਲਈ ਜਿਹੜਾ ਰਿਜ਼ਰਵ ਕੈਂਡੀਡੇਟ ਕੀ ਹੈ ਉਹਨਾਂ ਦੀਆਂ ਚਰਚਾਵਾਂ ਜਦੋਂ ਚੱਲਦੀਆਂ ਨੇ ਕਿ ਜੇ ਦੋ ਉਪ ਮੁੱਖ ਮੰਤਰੀ ਬਣਦੇ ਨੇ ਇੱਕ ਹਿੰਦੂ ਭਾਈਚਾਰੇ ਦੇ ਵਿੱਚੋਂ ਤੇ ਇੱਕ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਕਿਸੇ ਵੀ ਵ代यक ਨੂੰ ਇਹ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ ਉਹਨਾਂ ਨੂੰ ਉਪ ਮੁੱਖ ਮੰਤਰੀ ਦੇ ਤੌਰ ਤੇ ਵੀ ਸੌਂਚ ਚੁਕਾਈ ਜਾ ਸਕਦੀ ਹੈ ਉਹਨਾਂ ਵਿੱਚ ਦੋ ਨਾਵਾਂ ਦਾ ਫਿਲਹਾਲ ਚਰਚਾ ਤੇ ਜ਼ਿਕਰ ਚੱਲ ਰਿਹਾ ਜਿਸ ਦੇ ਵਿੱਚ ਮੰਤਰੀ ਅਮਨ ਰੋੜਾ ਤੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਮ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹਾਲਾਂਕਿ ਇਸ ਦੇ ਉੱਤੇ ਜਿਹੜੀ ਹੈ ਸੰਵਿਧਾਨਕ ਤੌਰ ਦੇ ਉੱਤੇ ਅਹੁਦੇ ਵੀ ਨਹੀਂ ਹੈ ਔਰ ਨਾ ਹੀ ਕੋਈ ਅਫੀਸ਼ੀਅਲ ਅਧਿਕਾਰਤ ਤੌਰ ਦੇ ਉੱਤੇ ਇਸ ਦੇ ਬਾਰੇ ਫੈਸਲਾ ਲਿਆ ਗਿਆ ਹੈ ਚਰਚਾਵਾਂ ਤੇਜ਼ ਨੇ ਜਿਵੇਂ ਕੀ ਮੰਤਰੀ ਮੰਡਲ ਵਿੱਚ ਫੇਰ ਬਦਲ ਹੋਣ ਦੀਆਂ ਚਰਚਾਵਾਂ ਤੇਜ਼ ਹਨ ਉਸੇ ਤਰ੍ਹਾਂ ਉਪ ਮੁੱਖ ਮੰਤਰੀ ਬਣਾਉਣ ਦੀਆਂ ਵੀ ਗੱਲਾਂ ਆਮ ਸਿਆਸੀ ਗਲੇਰਿਆਂ ਦੇ ਵਿੱਚ ਸੁਣੀਆਂ ਜਾ ਸਕਦੀਆਂ ਨੇ ਇਹ ਸੱਚ ਦੇ ਵਿੱਚ ਕਦੋਂ ਤਬਦੀਲ ਹੁੰਦੀਆਂ ਨੇ ਅਮਲੀ ਰੂਪ ਤੋਂ ਜਾਮਾ ਕਦੋਂ ਪਹਿਨਾਉਂਦੀਆਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਸਕਦਾ ਹੈ ਫਿਲਹਾਲ ਮੰਤਰੀ ਮੰਡਲ ਦੇ ਵਿੱਚ ਚੌਥੀ ਵਾਰੀ ਵੱਡਾ ਫੇਰ ਬਦਲ ਕੀਤਾ ਜਾ ਚੁੱਕਾ ਹੈ ਹੁਣ ਅਗਲੀ ਖਬਰ ਵੱਲ ਰੁੱਖ ਕਰਦੇ ਹਾਂ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਦੇ ਉੱਤੇ ਛਪੀ ਖਬਰ ਜਿਸ ਦੇ ਵਿੱਚ ਇਹ ਸਾਫ਼ ਲਿਖਿਆ ਹੈ ਕਿ ਜਿਹੜੇ ਕਿਸਾਨ ਹੁਣ ਤਾਲੀ ਨੂੰ ਅੱਗ ਲਾਉਣਗੇ ਅੱਗ ਲਾ ਕੇ ਸਾੜਨਗੇ ਪ੍ਰਦੂਸ਼ਣ ਫੈਲਾਉਣਗੇ ਉਹਨਾਂ ਦੇ ਜ਼ਮੀਨੀ ਰਿਕਾਰਡ ਦੇ ਵਿੱਚ ਰੈੱਡ ਐਂਟਰੀਆਂ ਪੈਣਗੀਆਂ ਹਾਲਾਂਕਿ ਪਿਛਲੀ ਵਾਰ ਵੀ ਅਜਿਹੇ ਫੈਸਲੇ ਲਏ ਗਏ ਸੀ ਤੇ ਫਿਰ ਜਦੋਂ ਕਿਸਾਨਾਂ ਨੇ ਦਬਾਅ ਬਣਾਇਆ ਤਾਂ ਫਿਰ ਉਸ ਵਕਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਨ ਖੇਤੀਬਾੜੀ ਮੰਤਰੀ ਜਿਹੜੇ ਕਿ ਹੁਣ ਗੁਰਮੀਤ ਸਿੰਘ ਖੁੱਡੀਆਂ ਨੇ ਤਾਂ ਉਦੋਂ ਉਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ ਜਦੋਂ ਕਿਸਾਨਾਂ ਨੇ ਦਬਾਅ ਬਣਾ ਲਿਆ ਤੇ ਇੱਕ ਵਾਰੀ ਫਿਰ ਜਦੋਂ ਝੋਨੇ ਦੀ ਫਸਲ ਦੀ ਵਾਢੀ ਦਾ ਜਿਹੜਾ ਸਮਾਂ ਆ ਗਿਆ ਹੈ ਹਾਲਾਂਕਿ ਕਈ ਪਾਸਿਓਂ ਤੋਂ ਖਬਰਾਂ ਇਹ ਵੀ ਨਹੀਂ ਮਾਜੇ ਵਾਲੇ ਫਾਸੇ ਖਾਸ ਕਰਕੇ ਇਹ ਉੱਥੇ ਕਈ ਥਾਵਾਂ ਦੇ ਉੱਤੇ ਪਰਾਲੀ ਨੂੰ ਸਾੜਨ ਦੇ ਜਿਹੜੇ ਮਾਮਲੇ ਨੇ ਉਹ ਰਿਕਾਰਡ ਦਾ ਹਿੱਸਾ ਬਣ ਚੁੱਕੇ ਨੇ ਹੁਣ ਹਥਿਆਰਾਂ ਦੇ ਨਵੇਂ ਲਾਇਸੈਂਸਾਂ ਲਈ ਨਹੀਂ ਕਰ ਸਕਣਗੇ ਅਪਲਾਈ ਜੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦਾ ਐਲਾਨ ਵੀ ਹੋਣਾ ਸ਼ੁਰੂ ਹੋ ਗਿਆ ਹੈ ਮਨਸੂਦ ਸੀਨੀਅਰ ਪੱਤਰਕਾਰ ਦੀ ਖਬਰ ਦੱਸਦੀ ਹੈ ਪਟਿਆਲਾ ਤੋਂ ਕਿ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀਆਂ ਯਾਨੀ ਕਿ ਰੈੱਡ ਐਂਟਰੀਜ਼ ਦਰਜ ਕੀਤੀਆਂ ਜਾਣਗੀਆਂ ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਹਥਿਆਰਾਂ ਦੇ ਨਵੇਂ ਲਾਇਸੈਂਸ ਨਹੀਂ ਬਣਾਏ ਜਾਣਗੇ ਤੇ ਨਾ ਹੀ ਪੁਰਾਣੇ ਨਵਿਆਂ ਨਿਯਮ ਜੋ ਕੀਤੇ ਜਾਣਗੇ 10 ਹਾਰਾਂ ਦੇ ਲਾਇਸੈਂਸਾਂ ਨੂੰ ਪਿੰਡਾਂ ਵਿੱਚ ਵਿਕਾਰ ਦਾ ਸਵਾਲ ਮੰਨਿਆ ਜਾਂਦਾ ਹੈ ਆਗਾਮੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਲਏ ਗਏ ਇਸ ਫੈਸਲੇ ਨਾਲ ਇੱਕ ਸਿਆਸਤ ਸਿਆਸੀ ਵਿਵਾਦ ਖੜਾ ਹੋ ਸਕਦਾ ਹੈ ਕਿਉਂਕਿ ਕਿਸਾਨ ਯੂਨੀਅਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਸੂਬਾ ਸਰਕਾਰ ਵੱਲੋਂ ਕੀਤੀ ਜਾਂਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਵਿਰੋਧ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਤੇ ਨਾ ਹੀ ਹੈ ਪਰਾਲੀ ਨੂੰ ਅੱਗ ਪਹਿਲੀ ਵਾਰੀ ਲੱਗ ਰਹੀ ਹੈ ਹਾਲਾਂਕਿ ਹਰ ਸੀਜ਼ਨ ਦੇ ਵੇਲੇ ਇਸ ਮਸਲੇ ਦੇ ਉੱਤੇ ਸਿਆਸਤ ਵੀ ਹੁੰਦੀ ਹੈ ਕਈ ਕਿਸਾਨਾਂ ਨੂੰ ਭੁਗਤਣਾ ਵੀ ਪੈਂਦਾ ਹੈ ਔਰ ਕਈ ਥਾਵਾਂ ਦੇ ਉੱਤੇ ਧਰਨੇ ਮੁਜ਼ਾਹਰਿਆਂ ਦੇ ਕਰਕੇ ਸਰਕਾਰਾਂ ਨੂੰ ਵੀ ਆਪਣੇ ਫੈਸਲੇ ਪਲਟਨੇ ਪੈਂਦੇ ਨੇ ਓਨੇ ਦੀ ਬਾਡੀ ਡਿਸੀਜਨ ਵਿੱਚ ਪੰਜਾਬ 'ਚ ਇੱਕ ਹਫ਼ਤੇ ਵਿੱਚ ਪ੍ਰਾਲੀ ਸਾੜਨ ਦੇ 5 ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਉਣ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਕੀਤੀ ਜਾਵੇਗੀ ਸਿਰਫ ਇਹੀ ਨਹੀਂ ਬਲਕਿ ਉਹ ਕਿਸਾਨ ਜਿਨ੍ਹਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਹੋਵੇਗੀ ਉਹਨਾਂ ਤਾਂ ਹਥਿਆਰਾਂ ਦੇ ਨਵੇਂ ਲੈਸੈਂਸ ਲਈ ਅਰਜੀ ਦੇ ਸਕਣਗੇ ਤੇ ਨਾ ਹੀ ਉਹਨਾਂ ਦੇ ਪੁਰਾਣੇ ਜਿਹੜੇ ਲਾਇਸੈਂਸ ਨੇ ਉਹ ਨਬਿਆਏ ਜਾਣਗੇ ਜਾਣਕਾਰੀ ਇਹ ਵੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਰਸਮੀ ਹੁਕਮ ਵੀ ਜਾਰੀ ਕੀਤੇ ਜਾਣਗੇ ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਇਹ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਵਿੱਚ ਅੱਜ ਪਰਾਲੀ ਸਾੜਨ ਦੇ 11 ਮਾਮਲੇ ਦਰਜ ਆਏ ਜੋ ਕਿ 15 ਸਤੰਬਰ ਤੋਂ ਸ਼ੁਰੂ ਹੋਏ ਇਸ ਸੀਜ਼ਨ ਦੇ ਇੱਕ ਦਿਨ ਵਿੱਚ ਸਾਹਮਣੇ ਆਉਣ ਵਾਲੇ ਸਭ ਤੋਂ ਵੱਧ ਮਾਮਲੇ ਨੇ ਇਨ੍ਹਾਂ ਵਿੱਚ ਸਭ ਤੋਂ ਵੱਧ 6 ਮਾਮਲੇ ਅੰਮ੍ਰਿਤਸਰ ਦੇ ਵਿੱਚ 4 ਮਾਮਲੇ ਗੁਰਦਾਸਪੁਰ ਤੇ ਇੱਕ ਮਾਮਲਾ ਪਟਿਆਲਾ ਦੇ ਸਾਹਮਣੇ ਆਇਆ ਯਾਨੀ ਕਿ ਮਾਝੇ ਦੇ ਵਿੱਚ ਅੱਗ ਲਾਉਣ ਦੀ ਜਿਹੜੀਆਂ ਨੇ ਉਹ ਘਟਨਾਵਾਂ ਵੱਧ ਦਰਜ ਕੀਤੀਆਂ ਗਈਆਂ ਨੇ ਉਪਗ੍ਰਹਿ ਦੀਆਂ ਤਸਵੀਰਾਂ ਚੋਂ ਸੂਬੇ ਵਿੱਚ ਪ੍ਰਾਲੀ ਸਾੜਨ ਦੇ 11 ਮਾਮਲੇ ਸਾਹਮਣੇ ਆਏ ਨੇ ਜਦਕਿ 2022 ਵਿੱਚ ਅੱਜ ਹੀ ਦੇ ਦਿਨ ਅਜਿਹੇ ਮਾਮਲਿਆਂ ਦੀ ਗਿਣਤੀ 30 ਸੀ 2023 ਵਿੱਚ ਅੱਜ ਦੇ ਦਿਨ ਪ੍ਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਸੀ ਦੂਜੇ ਪਾਸੇ ਕਿਸਾਨ ਯੂਨੀਅਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪ੍ਰਾਲੀ ਦੇ ਨਵੇੜੇ ਲਈ ਠਕੂਆ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਲੀ ਦੇ ਨਵੇੜੇ ਲਈ ਕੋਈ ਸਹਿਯੋਗ ਨਾ ਕੀਤਾ ਜਾਣ ਕਰਨੀ ਕਿਸਾਨ ਪ੍ਰਾਲੀ ਸਾੜਨ ਲਈ ਮਜਬੂਰ ਹੁੰਦੇ ਨੇ ਕਾਨਾਂ ਨੂੰ ਕੋਈ ਸ਼ੌਕ ਨਹੀਂ ਹੈ ਪਰਾਲੀ ਨੂੰ ਅੱਗ ਲਾਉਣ ਦਾ ਇਹ ਉਹਨਾਂ ਵੱਲੋਂ ਹਮੇਸ਼ਾ ਦੀ ਤਰ੍ਹਾਂ ਦਲੀਲ ਦਿੱਤੀ ਜਾਂਦੀ ਹੈ ਔਰ ਸਰਕਾਰ ਹਮੇਸ਼ਾ ਦੀ ਤਰ੍ਹਾਂ ਕਦੇ ਸਖਤੀ ਤੇ ਕਦੇ ਨਰਮੀ ਵਰਤਦੀ ਹੈ ਔਰ ਡਰ ਵੀ ਰਹਿੰਦਾ ਹੈ ਸਰਕਾਰ ਨੂੰ ਕਿ ਕਿਤੇ ਇਸ ਦਿਨ ਨਤੀਜੇ ਜਾਂ ਖਮਿਆਜੇ ਸਾਨੂੰ ਨਾ ਭੁਗਤਨੇ ਪੈ ਜਾਣ ਕਿਉਂਕਿ ਹਮੇਸ਼ਾ ਹੀ ਸਰਕਾਰਾਂ ਵਾਅਦਾ ਜ਼ਰੂਰ ਕਰਦੀਆਂ ਨੇ ਕਿਸਾਨਾਂ ਨਾਲ ਕਿ ਪਰਾਲੀ ਦੇ ਨਕਟਾਰੇ ਲਈ ਢੁਕਵੇਂ ਮੁਆਵਜ਼ੇ ਦਿੱਤੇ ਜਾਣਗੇ ਪਰ ਹਾਲੇ ਤੱਕ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਕਈਆਂ ਨੂੰ ਸਿੱਧੀ ਵਜਾਈ ਦੇ ਵੀ ਜਿਹੜੇ ਮੁਆਵਜ਼ੇ ਦੇ ਰੂਪ ਦੇ ਵਿੱਚ ਪੈਸੇ ਸਰਕਾਰ ਵੱਲੋਂ ਲਾਨੇ ਜਾਂਦੇ ਨੇ ਪ੍ਰਤੀ ਏਕੜ 1500 ਰੁਪਏ ਉਹ ਵੀ ਕਈ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਏ ਕਿਸਾਨ ਉਹ ਰਾਸ਼ੀ ਨੂੰ ਵੀ ਉਡੀਕਦੇ ਨਜ਼ਰ ਆ ਰਹੇ ਨੇ ਅਗਲੀ ਖਬਰ ਜੁੜੀ ਹੈ ਪੰਚਾਇਤੀ ਚੋਣਾਂ ਦੇ ਨਾਲ ਇੱਕ ਪੱਤਰ ਅਧਿਕਾਰਤ ਤਾਰ ਦੇ ਉੱਤੇ ਰਾਜ ਚੋਣ ਕਮਿਸ਼ਨ ਦੇ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਗਿਆ ਉਸ ਪੱਤਰ ਦੇ ਵਿੱਚ ਜ਼ਿਕਰ ਕੀ ਹੈ ਔਰ ਚੋਣ ਕਦੋਂ ਹੋ ਸਕਦੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਚੁੱਕੇ ਹਾਂ ਜਿਸ ਦੇ ਵਿੱਚ ਕਿਹਾ ਗਿਆ ਸੀ ਜਿਵੇਂ ਪੰਜਾਬ ਸਰਕਾਰ ਦੇ ਇੱਕ ਨੋਟਿਸ ਦੇ ਮੁਤਾਬਕ ਕਿ 20 ਅਕਤੂਬਰ ਤੱਕ ਚੋਣਾਂ ਹੋ ਜਾਣਗੀਆਂ 20 ਅਕਤੂਬਰ ਦਾ ਮਤਲਬ ਇਹ ਨਹੀਂ ਕਿ 20 ਅਕਤੂਬਰ ਨੂੰ ਹੋਣਗੀਆਂ 10 ਤੋਂ 20 ਅਕਤੂਬਰ ਦੇ ਅੰਦਰ-ਅੰਦਰ ਦਾ ਕੋਈ ਵੀ ਦਿਨ ਮਿਥਿਆ ਜਾ ਸਕਦਾ ਹੈ ਕਿਉਂਕਿ ਦੂਸਰੇ ਪਾਸੇ ਚੋਣੇ ਦੀ ਬਾਢੀ ਦਾ ਵੀ ਖਿਆਲ ਰੱਖਿਆ ਜਾਣਾ ਕਿਉਂਕਿ ਇਹ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਵਿੱਚ ਖਾਸ ਕਰਕੇ ਜਿਹੜਾ ਦਿਹਾਤੀ ਖੇਤਰ ਹੈ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਲੋਕ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਨੇ ਇਸ ਦੇ ਕਰਕੇ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਵੇ ਔਰ ਪੰਚਾਇਤੀ ਚੋਣਾਂ ਵੀ ਨੇ ਪਰੇ ਚੜ ਜਾਣ ਕਿਉਂਕਿ ਪਹਿਲਾਂ ਹੀ 8 ਤੋਂ 10 ਮਹੀਨੇ ਇਹ ਚੋਣਾਂ ਦੇਰੀ ਨਾਲ ਕਰਵਾਈਆਂ ਜਾ ਰਹੀਆਂ ਨੇ ਹੁਣ ਖਬਰ ਇਹ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਸਕਦਾ ਹੈ ਕਿ ਅਖੀਰਲੇ ਹਫਤੇ ਦੇ ਵਿੱਚ ਯਾਨੀ ਕਿ ਅਕਤੂਬਰ ਦੇ ਵਿੱਚ 15 ਅਕਤੂਬਰ ਤੋਂ ਲੈ ਕੇ 20 ਅਕਤੂਬਰ ਦੇ ਵਿੱਚ ਇਹਨਾਂ 5 ਦਿਨਾਂ ਦੇ ਵਿੱਚ ਵਿੱਚ ਕਰਵਾਈਆਂ ਜਾਣ ਕਿਉਂਕਿ 25 ਸਤੰਬਰ ਨੂੰ ਸੂਬੇ ਵਿੱਚ ਚੋਣਾਂ ਦਾ ਐਲਾਨ ਰਾਜ ਚੋਣ ਕਮਿਸ਼ਨ ਕਰ ਸਕਦਾ ਹੈ ਕਮਿਸ਼ਨ ਨੇ ਤਿਆਰੀਆਂ ਵੀ ਅੰਤਿਮ ਸ਼ੋਹਾਂ ਦੇ ਦਿੱਤੀਆਂ ਨੇ ਔਰ ਕਮਿਸ਼ਨ ਵੱਲੋਂ ਚੋਣ ਦੇ ਜਿਹੜੇ ਐਲਾਨ ਦੇ ਨਾਲ ਸੂਬੇ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਜਾਣਾ ਹੈ ਕਮਿਸ਼ਨ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਕਰਕੇ ਸਰਪੰਚਾਂ ਦੇ ਰਾਖਵੇਂ ਕਰਨ ਦੇ ਨੋਟੀਫਿਕੇਸ਼ਨ ਦੇ ਵੇਰਵੇ ਮੰਗ ਲਏ ਨੇ ਰਾਜ ਚੋਣ ਕਮਿਸ਼ਨ ਨੇ 2 ਦਿਨ ਪਹਿਲਾਂ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਵੀ ਕੀਤੀ ਸੀ ਇਹ ਵੀ ਪਤਾ ਲੱਗਦਾ ਹੈ ਕਿ ਪਹਿਲਾਂ ਪੰਚਾਇਤੀ ਚੋਣਾਂ 13 ਜਾਂ 18 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਸੀ ਪਰ ਹੁਣ 15 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਜ਼ਿਆਦਾ ਬਣ ਗਈ ਹੈ ਔਰ ਜ਼ਿਲ੍ਹਿਆਂ ਵਿੱਚ ਸਰਪੰਚਾਂ ਦੇ ਰਾਖਵੇਂ ਕਰਨ ਦਾ ਕੰਮ ਜਾਰੀ ਜਿਹੜਾ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਹੈ ਔਰ ਸੋਮਵਾਰ ਸ਼ਾਮ ਤੱਕ ਪ੍ਰਕਿਰਿਆ ਮੁਕੰਮਲ ਹੋਣ ਦੀ ਸੰਭਾਵਨਾ ਹੈ ਉਧਰ ਚੋਣ ਜਾਬਤੇ ਦੇ ਡਰੋਂ ਪਿੰਡਾਂ ਵਿੱਚ ਵਿਕਾਸ ਕੰਮ ਜ਼ੋਰ ਫੜ ਗਏ ਨੇ ਹਾਲਾਂਕਿ ਜਿਨ੍ਹਾਂ ਹਲਕਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਨਹੀਂ ਸੀ ਹੋਏ ਉੱਥੇ ਕਈ ਵਿਧਾਇਕਾਂ ਨੂੰ ਵੀ ਰੂਸ ਦਾ ਸਾਹਮਣਾ ਕਰਨਾ ਪੈ ਸਕਦਾ ਆਪ ਦੇ ਵਿਧਾਇਕ ਤੇ ਵਜੀਰ ਆਖਵੇਂ ਕਰਨ ਨੂੰ ਲੈ ਕੇ ਸਿਆਸੀ ਪ੍ਰਕਿਰਿਆ ਵਿੱਚ ਉਲਝੇ ਹੋਏ ਨੇ ਸਰਪੰਚੀ ਦੇ ਚਾਹਵਾਨਾਂ ਵੱਲੋਂ ਵਿਧਾਇਕਾਂ ਤੇ ਵਜੀਰਾਂ ਦੇ ਵਾਲੇ ਚੱਕਰ ਕੱਟੇ ਜਾ ਰਹੇ ਨੇ ਐਤਕੀ ਬਲਾਕ ਨੂੰ ਕਾਈ ਮੰਨ ਕੇ ਆਖਵੇਂ ਕਰਨ ਕੀਤਾ ਗਿਆ ਤੇ ਨਵੇਂ ਸਿਰੇ ਤੋਂ ਰੋਸਟਰ ਤਿਆਰ ਕੀਤਾ ਜਾ ਰਿਹਾ ਇਹ ਸਰਕਾਰ ਨੇ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕੀਤੀ ਸੀ ਜਿਹੜਾ ਕਿ ਵਿਰੋਧੀਆਂ ਨੂੰ ਵੀ ਪਤਾ ਨਹੀਂ ਸੀ ਲੱਗਣ ਦਿੱਤਾ ਸਰਪੰਚਾਂ ਦੇ ਅਹੁਦੇ ਰੱਖਣ ਲਈ ਜੋ ਰੋਸਟਰ ਤਿਆਰ ਹੋ ਰਹੇ ਨੇ ਉਹਨਾਂ ਲਈ 2011 ਦੀ ਜਾਣਕਾਰੀ ਨੂੰ ਅਧਾਰ ਬਣਾਇਆ ਗਿਆ ਹੈ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ ਤੇ ਪਹਿਲੇ ਪੜਾਅ ਵਿੱਚ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ ਜਦਕਿ ਦੂਜੇ ਵਿੱਚ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਣੀਆਂ ਤੈ ਹੋ ਚੁੱਕੀਆਂ ਨੇ ਅਗਲੀ ਖਬਰ ਇੱਕ ਮੰਦ ਭਾਗੀ ਹੈ ਖਬਰ ਸੰਗਰੂਰ ਤੋਂ ਹੈ ਜਿਸ ਦੇ ਵਿੱਚ ਇੱਕ ਸਾਬਕਾ ਫੌਜੀ ਦੇ ਵੱਲੋਂ ਆਪਣੇ ਪੁੱਤਰ ਨੂੰ ਹੀ ਗੋਲੀ ਮਾਰ ਦਿੱਤੀ ਗਈ ਹੈ ਪਤਾ ਲੱਗਿਆ ਹੈ ਕਿ ਆਪਣੇ ਪਿਓ ਨੂੰ ਉਹ ਪੁੱਤਰ ਜਿਹੜਾ ਮਾਰਿਆ ਗਿਆ ਗੋਲੀ ਦਾ ਸ਼ਿਕਾਰ ਹੋ ਗਿਆ ਆਪਣੇ ਪਿਓ ਨੂੰ ਮਾੜੇ ਕੰਮਾਂ ਤੋਂ ਵਰਜਦਾ ਸੀ ਪਰ ਐਸੇ ਕਰਕੇ ਹੀ ਉਸ ਦਾ ਪਿਓ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਆਪਣੇ ਪੁੱਤਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੰਦਾ ਹੈ। ਕਸਬਾ ਚੀਮਾ ਮੰਡੀ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਨੌਜਵਾਨ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਔਰ ਮੁਲਜ਼ਮ ਸਾਬ ਦਾ ਫੌਜੀ ਦੱਸਿਆ ਜਾ ਰਿਹਾ ਜਿਸ ਦੇ ਕਿਸੇ ਵੀ ਔਰਤ ਨਾਲ ਕਥਿਤ ਨਜਾਇਜ਼ ਸੰਬੰਧਨ ਜਿਸ ਕਾਰਨ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ ਇਸ ਸਾਬ ਦਾ ਫੌਜੀ ਦਾ ਪੁੱਤਰ ਉਸ ਨੂੰ ਗਲਤ ਕੰਮ ਕਰਨ ਤੋਂ ਰੋਕਦਾ ਸੀ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਜਿਸ ਦੀ ਉਮਰ ਮਹਿਜ 19 ਸਾਲ ਹੈ। ਬਰੇਤਕ ਨਾਯੋਂ ਦੀ ਮਾਤਾ ਪਰਮਜੀਤ ਕੌਰ ਉਰ ਫਰਵੀਨਾ ਰਾਣੀ ਅਨਸਾਰ ਪਤੀ ਦਾ ਉਸ ਦਾ ਪਤੀ ਗੋਪਾਲ ਸਿੰਘ ਫੌਜ ਵਿੱਚੋਂ ਸੇਵਾ ਮੁਕਤ ਹੋਣ ਮਗਰੋਂ ਪਿੰਡ ਸਤਾਜ ਵਿੱਚ ਇੱਕ ਅਕਾਡਮੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰਦਾ ਸੀ ਉਸ ਦਾ ਪੁੱਤਰ ਅਮਨਦੀਪ ਸਿੰਘ ਜਿਹੜਾ ਕਿ 19 ਸਾਲ ਦਾ ਪੀਖੀ ਕਾਲਜ ਵਿੱਚ ਬੀਏ ਕਰ ਰਿਹਾ ਸੀ ਉਸ ਦੇ ਪਤੀ ਗੋਪਾਲ ਸਿੰਘ ਦੇ ਕਿਸੇ ਮਹਿਲਾ ਨਾਲ ਸਬੰਧ ਸਨ ਜਿਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ ਤੇ ਉਸ ਦੀ ਧੀ ਅਤੇ ਪੁੱਤਰ ਆਪਣੇ ਪਿਤਾ ਨੂੰ ਗਲਤ ਕੰਮ ਤੋਂ ਵਰਜਦੇ ਸਨ ਉਹਨਾਂ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਉਸ ਦਾ ਪਤੀ ਗੋਪਾਲ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਘਰ ਆਇਆ ਤੇ ਪੁੱਤਰ ਵੱਲੋਂ ਇਤਰਾਜ਼ ਕੀਤਾ ਗਿਆ। ਇਸ ਕਾਰਨ ਗੋਪਾਲ ਸਿੰਘ ਤੈਸ਼ ਵਿੱਚ ਆ ਗਿਆ ਤੇ ਝਗੜਾ ਕਰਨ ਲੱਗਿਆ। ਉਹ ਘਰ ਅੰਦਰੋਂ ਬੰਦੂਕ ਚੁੱਕ ਕੇ ਪੂਰੇ ਪਰਿਵਾਰ ਨੂੰ ਮਾਰਨ ਲਈ ਲਲਕਾਰੇ ਮਾਰਨ ਲੱਗਿਆ ਤੇ ਉਸ ਦਾ ਪੁੱਤਰ ਜਦੋਂ ਵਿਚਾਲੀ ਗਲੀ ਵਿੱਚ ਭੱਜਦਾ ਤਾਂ ਉਸ ਤੇ ਪਤੀ ਨੇ ਉਸ ਦੇ ਪਿੱਛੋਂ ਗੋਲੀ ਮਾਰ ਦਿੱਤੀ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਸਾਬਕਾ ਫੌਜੀ ਤੋਂ ਬੰਦੂਕ ਖੋ ਲਈ ਜਿਸ ਕਾਰਨ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਬਚਾਅ ਹੋ ਗਿਆ ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਥਾਣਾ ਚੀਮਾ ਦੇ ਐਸਐਚਓ ਅਮਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਮਾਂ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਗੋਪਾਲ ਸਿੰਘ ਖਿਲਾਫ ਕਤਲ ਅਤੇ ਅਸਲ ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇਸਾਰੀ ਹੱਡ ਬੀਤੀ ਉਸ ਦੀ ਪਤਨੀ ਨੇ ਦੱਸੀ ਹੈ ਜਿਸ ਦੇ ਵਿੱਚ ਉਹਨੇ ਦੱਸਿਆ ਕਿ ਮੇਰੇ ਪੁੱਤਰ ਦਾ ਕਤਲ ਮੇਰੇ ਪਤੀ ਵੱਲੋਂ ਕਿਉਂ ਕੀਤਾ ਗਿਆ ਇਸ ਦੇ ਵਿੱਚ ਇਤਰਾਜ਼ ਕੀ ਸੀ ਔਰ ਉਹ ਕਿੱਥੇ ਨੌਕਰੀ ਕਰਦਾ ਸੀ ਔਰ ਉਸ ਦੇ ਕਿਵੇਂ ਗਲਤ ਸਬੰਧ ਸਨ ਕਥੀ ਤੌਰ ਦੇ ਉੱਤੇ ਜਿਸ ਕਰਕੇ ਉਸ ਨੂੰ ਵਰਜਨ ਦੇ ਕਰਕੇ ਉਸ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਗਈ ਹੈ ਅਗਲੀ ਖਬਰ ਵੀ ਕਿਸਾਨਾਂ ਨਾਲ ਜੁੜੀ ਹੈ ਉਹ ਖਬਰ ਝੋਨੇ ਦੀ ਆਮਦ ਦੇ ਕਰਕੇ ਕੀ ਮੰਡੀਆਂ ਦੇ ਵਿੱਚ ਝੋਨਾ ਰੁਲੇਗਾ ਜਾਂ ਫਿਰ ਇੱਕ ਤਰੀਕ ਤੋਂ ਸਹੀ ਢੰਗ ਦੇ ਨਾਲ ਇਸ ਦੀ ਜਿਹੜੀ ਖਰੀਦ ਹੋਣੀ ਸ਼ੁਰੂ ਹੋ ਜਾਵੇਗੀ ਇਸ ਬਾਬਤ ਖਬਰ ਹੈ ਅਜੀਤ ਅਖਬਾਰ ਦੇ ਵਿੱਚ ਪਹਿਲੇ ਪੰਨੇ ਤੇ ਖਬਰ ਹੈ ਕਿ ਪਹਿਲੀ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖਰੀਦ 'ਚ ਮੁਸ਼ਕਲਾਂ ਆਉਣ ਦੀ ਸੰਭਾਵਨਾ ਵੱਧ ਚੁੱਕੀ ਹੈ ਗਦਾਮਾਂ 'ਚ 125 ਲੱਖ ਟਨ ਅਤੇ ਛੈਲਰਾਂ 'ਚ ਕਰੀਬ 5 ਲੱਖ ਟਨ ਝੋਨਾ ਪਿਆ ਹੈ। ਪੰਜਾਬ ਭਰ ਦੀਆਂ ਮੰਡੀਆਂ 'ਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਸਰਕਾਰ ਵੱਲੋਂ ਤਿਆਰੀਆਂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਪਰ ਇਸ ਵਾਰ ਵੀ ਸੀਜ਼ਨ 'ਚ ਕਈ ਮੁਸ਼ਕਲਾਂ ਖੜੀਆਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਪੰਜਾਬ ਭਰ ਦੇ ਕਈ ਛੈਲਰਾਂ ਵਿੱਚ ਪੁਰਾਣੇ ਪਏ ਝੋਨੇ ਦੀ ਚੁਕਾਈ ਅਜੇ ਤੱਕ ਨਹੀਂ ਹੋਈ ਪੰਜਾਬ ਦੇ ਗਦਾਮਾਂ 'ਚ ਵੀ 125 ਲੱਖ ਮੀਟ्रिक टन ਚੌਲ ਨਾਲ ਭਰਿਆ ਪਿਆ ਹੈ ਗੋਦਾਮ ਬਿਲਕੁਲ ਖਾਲੀ ਨਹੀਂ ਇਸ ਦਰਮਿਆਨ ਪੰਜਾਬ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਪੰਜਾਬ ਦੇ ਗੋਦਾਮਾਂ ਚ ਪਿਆ ਪਿਛਲਾ ਅਨਾਜ ਨਹੀਂ ਚੁਕਦੀ ਉਦੋਂ ਤੱਕ ਗੋਦਾਮ ਖਾਲੀ ਨਹੀਂ ਹੋਣਗੇ ਯਾਨੀ ਕਿ ਜਿਹੜੇ ਰੈਕ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਦੇ ਉੱਤੇ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਦੇ ਕਰਕੇ ਆੜਤੀ ਮਜ਼ਦੂਰ ਤੇ ਸ਼ੈਲਰ ਮਾਲਕ ਨਿਰਾਸ਼ ਚਲ ਰਹੇ ਨੇ ਹੁਣ ਇਸ ਦੇ ਨਾਲ ਜਾਣਕਾਰੀ ਇਹ ਵੀ ਹੈ ਕਿ ਸ਼ੈਲਰ ਮਾਲਕਾਂ ਨੇ ਮੰਗਾ ਨਾ ਮੰਨੇ ਜਾਣ ਤੱਕ ਝੋਨਾ ਨਾਲ ਲਗਵਾਉਣ ਦਾ ਫੈਸਲਾ ਲਿਆ ਕਿ ਮੰਡੀਆਂ ਚ ਝੋਨੇ ਦੀ ਫਸਲ ਰੁੱਲ ਸਕਦੀ ਹੈ ਇਸ ਦੇ ਨਾਲ ਜਾਣਕਾਰੀ ਇਹ ਵੀ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਝੋਨੇ ਦੀ ਛੜਾਈ ਸਮੇਂ ਸਿਰ ਨਾ ਕਰਵਾਉਣ ਲਈ ਕਦਮ ਚੁੱਕੇ ਜਾਣ ਅਤੇ ਕੁਝ ਹੋਰ ਸਰਕਾਰੀ ਨੀਤੀਆਂ ਦੇ ਝੰਬੇ ਸ਼ੈਲਰ ਮਾਲਕ ਜੋ ਬੀਤੇ ਸਾਲ ਭਾਰੀ ਵਿੱਤੇ ਘਾਟੇ ਦਾ ਸ਼ਿਕਾਰ ਹੋ ਗਏ ਸਨ ਉਹਨਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਫੂਕ ਫੂਕ ਕੇ ਕਦਮ ਰੱਖੇ ਜਾ ਰਹੇ ਨੇ ਜਿਸ ਦੀ ਮੱਦੇ ਨਜ਼ਰ ਮੁੰਦੂ ਸੈਂਟਰ ਨਾਲ ਸੰਬੰਧਿਤ ਸ਼ੈਲਰਾਂ ਮਾਲਕਾਂ ਵੱਲੋਂ ਵੱਡਾ ਫੈਸਲਾ ਲੈਂਦੇ ਆ ਸਰਕਾਰ ਵੱਲੋਂ ਮੰਗਾ ਨਾ ਮੰਨੇ ਜਾਣ ਤੱਕ ਹੁਣ ਝੋਨਾ ਨਾ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਆਗwani ਦੱਸਿਆ ਕਿ ਚੌਲ ਲਗਾਉਣ ਦਾ ਸਮਾਂ 30 ਅਪ੍ਰੈਲ ਨਿਸ਼ਚਿਤ ਕੀਤਾ ਗਿਆ ਸੀ ਪਰ ਗੋਦਾਮਾਂ ਚ ਲੜਿੰਦੀ ਜਗ੍ਹਾ ਨਾ ਹੋਣ ਕਰਕੇ ਅਜੇ ਤੱਕ ਸ਼ੈਲਰਾਂ ਚ ਚੌਲ ਪਿਆ ਜਿਸ ਦੀ ਨਵੀਂ ਘਟ ਜਾਣ ਦਾ ਨੁਕਸਾਨ ਵੀ ਸ਼ੈਲਰ ਮਾਲਕਾਂ ਨੂੰ ਚੱਲਣਾ ਪੈ ਰਿਹਾ ਨਾਲ ਹੀ ਪਿਛਲੇ ਸਾਲਾਂ ਦੌਰਾਨ ਵਰਤੋਂ ਹੋਏ ਬਾਰਦਾਨੇ ਦਾ ਭਾਅ ਜੋ ਸ਼ੈਲਰ ਮਾਲਕਾਂ ਨੂੰ ਮਿਲਦਾ ਸੀ ਉਸ ਦਾ ਭਾਅ ਘਟਾ ਕੇ ਪੰਜਾਬ ਸਰਕਾਰ ਵੱਲੋਂ ਅੱਧਾ ਕਰ ਦਿੱਤਾ ਗਿਆ ਤੇ ਚੌਲ ਤੇ ਜੋ ਸਕਾਈ 1% ਮਿਲਦੀ ਸੀ ਉਸ ਨੂੰ ਘਟਾ ਕੇ ਅੱਧਾ ਪ੍ਰਤੀਸ਼ਤ ਕਰ ਦਿੱਤਾ ਗਿਆ ਇਸ ਨਾਲ ਸ਼ੈਲਰ ਸੰਤ ਨੂੰ ਵੱਡੀ ਢਾਹ ਲੱਗ ਰਹੀ ਹੈ ਸ਼ੈਲਰ ਮਾਲਕਾਂ ਅਨੁਸਾਰ ਝੋਨੇ ਦੀਆਂ ਨਵੀਆਂ ਕਿਸਮਾਂ ਪੀਆਰ 126 ਘਟ ਸਮੇਂ ਚ ਪੱਕਣ ਵਾਲੀਆਂ ਹੋਰ ਕਿਸਮਾਂ ਜਿਨ੍ਹਾਂ ਦਾ ਚੌਲ ਘੱਟ ਨਿਕਲਦਾ ਹੈ ਦੀ ਜਾਂਚ ਕਰਕੇ ਨਵੇਂ ਨਿਯਮ ਤੈਕੀਤੇ ਜਾਣ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਸ਼ੈਲਰਾਂ 'ਚ ਝੋਨਾ ਲੱਗਣ ਤੋਂ ਬਾਅਦ ਕਈ ਮਹੀਨੇ ਪੰਜਾਬ ਸਰਕਾਰ ਨੇ ਪੀਵੀ ਕਰਵਾਉਣ ਤੇ ਵੀ ਲੰਗਾ ਦਿੱਤੇ ਜਿਸ ਕਾਰਨ ਮਾਲ ਖਰਾਬ ਹੋਣ ਕਰ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਝੱਲਣੇ ਪਏ ਨੇ ਸ਼ੈਲਰ ਮਾਲਕਾਂ ਨੇ ਮੰਗ ਕੀਤੀ ਹੈ ਕਿ ਉਪਰੋਕਤ ਸਾਰੀਆਂ ਮੰਗਾਂ ਦੇ ਨਾਲ-ਨਾਲ ਸਰਕਾਰ ਸ਼ੈਲਰਾਂ 'ਚ ਝੋਨਾ ਲਗਦੇ ਆਂ ਉਹਨਾਂ ਨੂੰ ਛੜਾਈ ਦੀ ਇਜਾਜ਼ਤ ਦੇਵੇ ਅਤੇ ਚੌਲਾਂ ਨੂੰ ਸਬੰਧਤ ਸੈਂਟਰ 'ਚ ਲਗਾਇਆ ਜਾਵੇ ਜੇਕਰ ਕਿਸੇ ਦੂਰ ਦਰਾਡੇ ਦੇ ਸੈਂਟਰ 'ਚ ਸ਼ੈਲਰ ਮਾਲਕਾਂ ਨੂੰ ਚੌਲ ਲਗਾਉਣ ਲਈ ਕਹਿੰਦੀ ਹੈ ਸਰਕਾਰ ਤੋਂ ਉਹਨਾਂ ਨੂੰ ਦੂਰੀ ਮੁਤਾਬਕ ਬਣਦਾ ਕਰਾਇਆ ਦਿੱਤਾ ਜਾਵੇ ਸ਼ੈਲਰ ਮਾਲਕਾਂ ਜਿਨ੍ਹਾਂ 'ਚ ਪ੍ਰਧਾਨ ਗੁਰਪ੍ਰੀਤ ਸਿੰਘ ਵੀ ਸ਼ਾਮਲ ਸਨ ਉਹਨਾਂ ਨੇ ਇਹ ਸਬੰਧੀ ਐਲਾਨ ਕੀਤਾ ਹੈ ਕਿ ਅਸੀਂ ਉਦੋਂ ਤੱਕ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕਦੇ ਝੋਨੇ ਦੀ ਫਸਲ ਕਿਸਾਨਾਂ ਦੀ ਰੋਲ ਵੀ ਸਕਦੀ ਹੈ ਜਦੋਂ ਤੱਕ ਸਾਡੀਆਂ ਅਪਰੋਖਤ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਕਿਉਂਕਿ ਪਿਛਲੇ ਸਾਲ ਵੀ ਅਸੀਂ ਵਿੱਤੀ ਘਾਟੇ ਦੇ ਝੰਡੇ ਹੋਏ ਹਾਂ ਹੁਣ ਅਗਲੀ ਖਬਰ ਵੱਲ ਰੁੱਕ ਕਰਦੇ ਹਾਂ ਖਬਰ ਜੁੜੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜਿਹੜੇ ਕੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਨੂੰ ਬਣਾ ਦਿੱਤਾ ਗਿਆ ਔਰ ਉਹਨਾਂ ਨੇ ਫਿਰ 13 ਸਾਲ ਬਾਅਦ ਜੰਤਰ ਮੰਤਰ ਮੈਦਾਨ ਦੇ ਵਿੱਚ ਜਨਤਾ ਦੀ ਅਦਾਲਤ ਲਗਾ ਦਿੱਤੀ 2011 ਦਾ ਸਮਾਂ ਸੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਆਮ ਆਦਮੀ ਪਾਰਟੀ ਦੀ ਹੋਂਦ ਉੱਥੋਂ ਬਣਦੀ ਹੈ ਨੀ ਉੱਥੇ ਹੀ ਰੱਖੀ ਗਈ ਸੀ ਇੱਥੇ ਰਵਿੰਦ ਕੇਜਰੀਵਾਲ ਦੇ ਨਾਲ ਹੋਰ ਕਈ ਅਜਿਹੇ ਚਿਹਰੇ ਸਨ ਜਿਹੜੇ ਲੋਕਪਾਲ ਬਿਲ ਦੀ ਮੰਗ ਕਰ ਰਹੇ ਸਨ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਵਿੱਢੀ ਗਈ ਸੀ ਹੁਣ 13 ਸਾਲਾਂ ਬਾਅਦ ਜਦੋਂ ਉਹਨਾਂ ਦੀ ਹੀ ਦਿੱਲੀ ਦੀ ਸਰਕਾਰ ਆ ਤਾਂ ਜੰਤਰ ਮੰਤਰ ਮદાન ਵਿੱਚ ਉਹ ਕਿਉਂ ਗਏ ਤੇ ਕੀ ਕੀ ਦਾਅਵੇ ਕੀਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਜਿਸ ਜੰਤਰ ਮੰਤਰ ਤੋਂ 4 April 2011 ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਅੰਨ ਆंदोलਨ ਸ਼ੁਰੂ ਹੋਇਆ ਅਰਵਿੰਦ ਕੇਜਰੀਵਾਲ ਨਾਇਕ ਬਣਦੇ ਨੇ ਆਮ ਆਦਮੀ ਪਾਰਟੀ ਉੱਥੋਂ ਨਿਕਲੀ ਉਸੇ ਜੰਤਰ ਮੰਤਰ 'ਚ 13.5 ਸਾਲ ਬਾਅਦ ਕੇਜਰੀਵਾਲ ਭ੍ਰਿਸ਼ਟਾਚਾਰ ਦਾ ਦਾਗ ਧੋਣ ਪੁੱਜ ਜਾਂਦੇ ਨੇ ਉਹਨਾਂ ਐਤਵਾਰ ਨੂੰ ਜੰਤਰ ਮੰਤਰ ਤੇ ਪਹਿਲੀ ਜਨਤਾ ਦੀ ਅਦਾਲਤ ਲਗਾਈ ਖੁਦ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਦੇ ਦਾਗ ਨਾਲ ਨਹੀਂ ਜੀ ਸਕਦਾ ਇਸ ਲਈ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਉਣ ਵਾਲੀਆਂ ਚੋਣਾਂ ਮੇਰੀ ਅਗਨੀ ਪ੍ਰੀਖਿਆ ਹੋਵੇਗੀ ਜੇ ਲੱਗਦਾ ਹੈ ਕਿ ਕੇਜਰੀਵਾਲ ਇਮਾਨਦਾਰ ਹੈ ਤਾਂ ਮੈਨੂੰ ਵੋਟ ਜ਼ਰੂਰ ਪਾਉਣਾ। ਉਹਨਾਂ ਆਰਐਸਐਸ ਮੁਖੀ ਮੋਨ ਭਾਗਵਤ ਨੂੰ ਪੰਜ ਸਵਾਲ ਪੁੱਛ ਕੇ ਭਾਜਪਾ ਦੀ ਕਮਾਂਡ ਤੇ ਮੋਦੀ ਸਰਕਾਰ ਤੇ ਨਿਸ਼ਾਨੇ ਲਾਏ। ਉਹਨਾਂ ਦੇ ਸਵਾਲਾਂ 'ਚ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਬਿਆਨ ਨੂੰ ਲੈ ਕੇ ਸੀਬੀਆਈ ਤੇ ਈਡੀ ਦੀ ਕਾਰਵਾਈ ਦਾ ਵੀ ਜ਼ਿਕਰ ਕੀਤਾ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਜਦੋਂ ਪੀਐਮ ਮੋਦੀ ਨੂੰ ਲੱਗਾ ਕਿ ਇਮਾਨਦਾਰੀ ਨਾਲ ਸਾਡੇ ਤੋਂ ਜਿੱਤ ਨਹੀਂ ਸਕਣਗੇ ਤਾਂ ਸਾਨੂੰ ਬੇਈਮਾਨ ਸਾਬਤ ਕਰਨ ਲਈ ਸਾਜ਼ਿਸ਼ ਰਚੀ ਗਈ। ਸਾਨੂੰ ਜੇਲ੍ਹ 'ਚ ਪਾ ਦਿੱਤਾ ਗਿਆ। ਉਹਨਾਂ ਪੀਐਮਐਲਏ ਲਾਇਆ ਜਿਸ ਵਿੱਚ ਜ਼ਮਾਨਤ ਨਹੀਂ ਮਿਲਦੀ ਪਰ ਅਦਾਲਤ ਨੇ ਸਾਰਿਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਭ੍ਰਿਸ਼ਟਾਚਾਰ ਦਾ ਦੋਸ਼ ਲੱਗਣ ਕਾਰਨ ਉਹ ਦੁਖੀ ਹੈ ਇਸ ਲਈ ਅਸਤੀਫਾ ਦਿੱਤਾ ਗਿਆ ਹੈ ਅਦਾਲਤ 'ਚ ਕੇਸ 10 ਤੋਂ 15 ਸਾਲ ਚੱਲਣਾ ਹੈ ਇਸ ਲਈ ਜਨਤਾ ਦੀ ਅਦਾਲਤ 'ਚ ਜਾਣ ਦਾ ਫੈਸਲਾ ਲਿਆ ਬੋਲੋ ਮੈਂ 10 ਸਾਲ ਸੀਐਮ ਰਹਾ ਪਰ ਮੇਰੇ ਕੋਲ ਰਹਿਣ ਲਈ ਘਰ ਨਹੀਂ ਹੈ ਸੀਐਮ ਰਹਾਇਸ਼ ਛੱਡ ਦਿਆਂਗਾ ਤੇ ਜਨਤਾ 'ਚੋਂ ਹੀ ਕਿਸੇ ਦੇ ਘਰ ਰਹਿਣਾ ਸ਼ੁਰੂ ਕਰ ਦਿਆਂਗਾ ਪ੍ਰੋਗਰਾਮ 'ਚ ਸੀਐਮ ਆਤਿਸ਼ੀ ਸਭ ਤੋਂ ਪਹਿਲਾਂ ਪੁੱਜਣ ਵਾਲੇ ਨੇਤਾਵਾਂ 'ਚ ਸੀ ਪਰ ਉਨ੍ਹਾਂ ਸੰਬੋਧਨ ਨਹੀਂ ਕੀਤਾ ਰਵਿੰਦ ਕੇਜਰੀਵਾਲ ਨੇ ਦਾਵਾ ਕੀਤਾ ਕਿ ਉਹਨਾਂ ਕੋਲ ਤਾਂ 10 ਸਾਲਾਂ ਦੇ ਵਿੱਚ ਆਪਣਾ ਘਰ ਵੀ ਨਹੀਂ ਬਣਿਆ ਪਰ ਇਹ ਵੀ ਇੱਥੇ ਨਹੀਂ ਭੁੱਲਣਾ ਚਾਹੀਦਾ ਕਿ ਰਵਿੰਦ ਕੇਜਰੀਵਾਲ ਦੇ ਇੱਕ ਸ਼ੀਸ਼ ਮਹਿਲ ਨਾਮ ਦੇ ਬੰਗਲੇ ਦੀ ਵੀ ਖੂਬ ਚਰਚਾ ਹੈ ਜਿੱਥੇ 40-45 ਕਰੋੜ ਰੁਪਏ ਉਸ ਦੇ ਉੱਤੇ ਲਾਉਣ ਦੀਆਂ ਗੱਲਾਂ ਸਾਹਮਣੇ ਆਈਆਂ ਪਰ ਸਭ ਨੂੰ ਯਾਦ ਹੋਵੇਗਾ ਕਿ ਉਸ ਵਕਤ ਕਾਫੀ ਭਾਜਪਾ ਨੇ ਦਿੱਲੀ ਦੇ ਵਿੱਚ ਜਾਂ ਕਾਂਗਰਸ ਪਾਰਟੀ ਨੇ ਵੀ ਸਵਾਲ ਚੁੱਕੇ ਸਨ ਕਿ ਰਵਿੰਦ ਕੇਜਰੀਵਾਲ ਜਿਹੜੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸਨ ਕਿ ਨਾ ਤਾਂ ਸਾਨੂੰ ਸੁਰੱਖਿਆ ਚਾਹੀਦੀ ਹੈ ਨਾ ਹੀ ਸਰਕਾਰੀ ਗੱਡੀ ਤੇ ਨਾ ਹੀ ਸਰਕਾਰੀ ਬੰਗਲਾ ਚਾਹੀਦਾ ਪਰ ਉਹਨਾਂ ਨੇ ਕੁਝ ਹੀ ਸਾਲਾਂ ਦੇ ਵਿੱਚ ਆਪਣੇ ਆਪ ਨੂੰ ਇੰਨਾ ਬਦਲਾਅ ਕਰ ਦਿੱਤਾ ਉਹ ਤਾਂ ਕਹਿੰਦੇ ਸਨ ਕਿ ਅਸੀਂ ਰਾਜਨੀਤੀ ਬਦਲਣ ਆਏ ਹਾਂ ਪਰ ਉਹ ਆਪਣੇ ਆਪ ਦੇ ਵਿੱਚ ਹੀ ਬਦਲਾਅ ਦਿਖਾ ਰਹੇ ਨੇ ਔਰ 45-45 ਕਰੋੜ ਰੁਪਏ ਜੇਕਰ ਬੰਗਲੇ ਦੇ ਉੱਤੇ ਲੱਗ ਜਾਣਗੇ ਮਹਿੰਗੇ ਕਾਰਪਟ ਵਿਛਣਗੇ ਮਹਿੰਗੀਆਂ ਚੀਜ਼ਾਂ ਨੂੰ ਹਿੱਸਾ ਬਣਾਇਆ ਜਾਵੇਗਾ ਘਰ ਦਾ ਤਾਂ ਫਿਰ ਉਹ ਕਿੱਥੋਂ ਪੈਸਾ ਆਵੇਗਾ ਕੀ ਉਹ ਪੈਸਾ ਪ੍ਰਸ਼ਟਾਚਾਰ ਤੋਂ ਕਮਾਇਆ ਗਿਆ ਹੋਵੇਗਾ ਜਾਂ ਫਿਰ ਇਮਾਨਦਾਰੀ ਦਾ ਪੈਸਾ ਇਸ ਤਰ੍ਹਾਂ ਦੇ ਸਵਾਲ ਵੀ ਉੱਠਦੇ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਨੇ ਹੁਣ ਜੰਤਰ ਮੰਤਰ ਦੇ ਵਿੱਚ ਮੈਦਾਨ ਦੇ ਵਿੱਚ ਜਿਹੜਾ ਜਾ ਕੇ ਜਨਤਾ ਨੂੰ ਸਮੋਹਨ ਕੀਤਾ ਹਰ ਕਿਆ ਕਿ ਮੇਰੇ ਕੋਲ ਆਪਣਾ ਘਰ ਵੀ ਨਹੀਂ ਹੈ ਤਾਂ ਮੈਂ ਜਨਤਾ ਦੇ ਵਿੱਚੋਂ ਹੀ ਕਿਸੇ ਦੇ ਘਰ ਰਹਿਣਾ ਸ਼ੁਰੂ ਕਰ ਸਕਦਾ ਹੁਣ ਕੀ ਸੇਵਾ ਮੁਕਤੀ ਦਾ ਨਿਯਮ ਮੋਦੀ ਤੇ ਲਾਗੂ ਨਹੀਂ ਹੁੰਦਾ ਇਹ ਵੀ ਅਰਵਿੰਦ ਕੇਜਰੀਵਾਲ ਨੇ ਆਖਿਆ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਆਰਐਸਐਸ ਤੇ ਭਾਜਪਾ ਨੇ ਨਿਯਮ ਬਣਾਇਆ ਹੈ ਹਰੇਕ ਆਗੂ ਨੂੰ 75 ਸਾਲਾਂ ਦੀ ਉਮਰ ਵਿੱਚ ਸੇਵਾ ਮੁਕਤ ਕੀਤਾ ਜਾਵੇਗਾ ਇਸ ਨਿਯਮ ਤਹਿਤ ਲਾਲਕ੍ਰਿਸ਼ਨ ਅਡਵਾਨੀ ਮੁਰਲੀ ਮਨੋਰ ਜੋਸ਼ੀ ਕਲਰਾਜ ਮਿਸ਼ਰਾ ਵਰਗੇ ਅਤੇ ਹੋਰਨਾਂ ਆਗੂਆਂ ਨੂੰ ਸੇਵਾ ਮੁਕਤ ਕੀਤਾ ਗਿਆ ਗ੍ਰਹਿ ਮੰਤਰੀ ਹਮੇਸ਼ਾ ਕਹਿੰਦੇ ਹਨ ਕਿ ਨਿਯਮ ਮੋਦੀ ਜੀ ਉੱਤੇ ਲਾਗੂ ਨਹੀਂ ਹੁੰਦਾ ਉਹਨਾਂ ਮੋਨ ਭਾਗਵਤ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ਕਿ ਜਿਹੜਾ ਨਿਯਮ ਅਡਵਾਨੀ ਜੀ ਤੇ ਲਾਗੂ ਕੀਤਾ ਗਿਆ ਉਹ ਮੋਦੀ ਜੀ ਤੇ ਲਾਗੂ ਇਵੇਂ ਨਹੀਂ ਹੋ ਸਕਦਾ ਇਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਰਐਸਐਸ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਨ ਦੇ ਸਵਾਲ ਕੀਤੇ ਨੇ ਔਰ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਦਿਤੀਆਂ ਨੇ ਇਹਨਾਂ ਦਾਅਵਿਆਂ ਦੇ ਨਾਲ ਆਪਣਾ ਭਾਸ਼ਣ ਖਤਮ ਕਰ ਦਿੱਤਾ। ਅਗਲੀ ਖਬਰ ਜੁੜੀ ਹੈ ਅੰਤਰਰਾਸ਼ਟਰੀ ਪੱਧਰ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ ਦੇ ਉੱਤੇ ਨੇ ਤੇ ਹਿੰਦ ਪ੍ਰਸ਼ਾਂਤ ਚ ਸ਼ਾਂਤੀ ਤੇ ਸਥਿਰਤਾ ਤੇ ਰਣਨੀਤਕ ਗੱਠ ਜੋੜ ਲਈ। ਵਚਨਬਾਦ ਐਕਵਾਡ ਵਿਲਮਿੰਗਟਨ ਐਲਾਨਨਾਮ ਵਿੱਚ ਸੇਤ ਤੇ ਸੁਰੱਖਿਆ ਪਹਿਲ ਕਦਮੀਆਂ ਦਾ ਵੀ ਐਲਾਨ ਕੀਤਾ ਗਿਆ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਚ ਵਿਲਮਿੰਗਟਨ ਡੇਲਾਵੇਅਰ ਵਿੱਚ ਹੋਏ ਕਵਾੜ ਨੇਤਾਵਾਂ ਦੇ ਸਮੀਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਸ਼ੀਦਾ ਨੇ ਸ਼ਿਰਕਤ ਕੀਤੀ ਸਮੇਲਨ ਤੋਂ ਬਾਅਦ ਜਾਰੀ ਕੀਤੇ ਬਲਿੰਗਟਨ ਐਲਾਨ ਨਾਮੇ 'ਚ ਕਿਹਾ ਗਿਆ ਕਿ ਕਵਾਡ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਸਥਿਰਤਾ ਤੇ ਰਣਨੀਤਕ ਗਠਜੋੜ ਲਈ ਵਚਨਬੱਧ ਹੈ ਚੀਨ ਦੇ ਹਿੰਦ ਪ੍ਰਸ਼ਾਂਤ 'ਚ ਵਾਧੇ ਦਖਲ ਦੇ ਸੰਦਰਭ 'ਚ ਕਿਹਾ ਗਿਆ ਕਿ ਸਮੂਹ ਕਿਸੇ ਵੀ ਅਸਥਿਰ ਜਾਂ ਇੱਕਪਾਸੜ ਕਾਰਵਾਈ ਦਾ ਸਖਤ ਵਿਰੋਧ ਕਰਦਾ ਹੈ ਜ਼ਿਕਰਯੋਗ ਹੈ ਕਿ ਚੀਨ ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਦੋਵਾਂ ਵਿੱਚ ਖੇਤਰੀ ਵਿਵਾਦਾਂ ਵਿੱਚ ਘਿਰਿਆ ਹੋਇਆ ਇਹ ਲੋਕਤੰਤਰੀ ਕਦਰਾਂ-ਕੀਮਤਾਂ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਤੇ ਵਿਵਾਦਾਂ ਦੇ ਸ਼ਾਂਤੀਪੂਰਨ ਨਿਪਟਾਰੇ ਅਤੇ ਪਾਬੰਦੀਆਂ ਦੇ ਸ਼ਾਂਤਮਈ ਨਿਪਟਾਰੇ ਨਾਲ ਇੱਕ ਸਥਿਰ ਅਤੇ ਖੁੱਲੀ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਵਚਨਬੱਧ ਨੇ ਔਰ ਇਸੇ ਤਰ੍ਹਾਂ ਹੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕੁਆਡ ਦੇ ਦੇਸ਼ਾਂ ਨetaਵਾਂ ਨੂੰ ਇਹ ਕਹਿੰਦੇ ਹੋਏ ਸੁਣੇ ਗਏ ਕਿ ਚੀਨ ਉਹਨਾਂ ਦੀ ਪਰਖ ਕਰ ਰਿਹਾ ਹੈ ਜੋ ਚੀਨੀ ਸਰਕਾਰ ਨੂੰ ਮਹਿੰਗਾ ਪੈ ਸਕਦਾ ਹੈ ਕਿਉਂਕਿ ਇਸ ਢੰਗ ਦੇ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਹਵਾਲੇ ਨਾਲ ਕਿਹਾ ਕਿ ਕਵਾਡ ਕਿਸੇ ਦੇ ਵਿਰੋਧ ਵਿੱਚ ਨਹੀਂ ਹੈ ਸਗੋਂ ਨਿਯਮ ਆਧਾਰਤ ਅੰਤਰਰਾਸ਼ਟਰੀ ਵਿਵਸਥਾ ਤੇ ਪ੍ਰਭੂਸੱਤਾ ਦੇ ਸਨਮਾਨ ਲਈ ਹੈ ਉਹਨਾਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਸਿਹਤ ਸੁਰੱਖਿਆ ਨਾਜੁਕਤਾ ਤੇ ਉਬਰ ਦੀ ਟੈਕਨੋਲੋਜੀ ਜਲਵਾਯੂ ਤਬਦੀਲੀ ਸਮਰੱਥਾ ਨਿਰਮਾਣ ਵਰਗੇ ਖੇਤਰਾਂ 'ਚ ਬਹੁਤ ਸਾਰੀਆਂ ਸਕਾਰਾਤਮਕ ਅਤੇ ਸਵਾਮਿਸ਼ੀ ਜਿਹੜੀਆਂ ਪਹਿਲ ਕਦਮੀਆਂ ਕੀਤੀਆਂ ਨੇ ਉਹਨਾਂ ਕਿਹਾ ਕਿ ਕਵਾਡ ਦਾ ਜਮਹੂਰੀ ਮੁਲਾ ਨਾਲ ਮਿਲ ਕੇ ਕੰਮ ਕਰਨਾ ਸਮੁੱਚੀ ਮਨੁੱਖ ਜਾਤੀ ਲਈ ਇੱਕ ਮਹੱਤਵਪੂਰਨ ਕਦਮ ਹੈ ਤੜਕੇ ਦੀਆਂ ਖਬਰਾਂ ਵਿੱਚ ਫਿਲਹਾਲ ਖਬਰਾਂ ਦਾ سلسلہ ਇੱਥੇ ਹੀ ਖਤਮ ਹੁੰਦਾ ਹੈ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ